ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਆਈਡਲ ਤਾਂ ਜ਼ਰੂਰ ਹੁੰਦਾ ਹੈ ਅਤੇ ਇਹ ਆਈਡਲ ਕੋਈ ਸਿੰਗਰ, ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਸਪੋਰਟਸਮੈਨ ਜਾਂ ਫਿਰ ਕੋਈ ਪੋਲੀਟੀਸ਼ੀਅਨ ਵੀ ਹੋ ਸਕਦਾ ਹੈ ਅਤੇ ਇਹ ਸੈਲੀਬ੍ਰਿਟੀਜ਼ ਆਪਣੇ ਫੈਨਸ ਅਤੇ ਫੋਲੋਅਰਸ ਨੂੰ ਡਿਫਰੈਂਟ ਡਿਫਰੈਂਟ ਚੈਲੰਜਸ, ਕੈਂਪੇਨਸ ਦੇ ਨਾਲ ਹਮੇਸ਼ਾ ਹੀ ਮੋਟੀਵੇਟ ਅਤੇ ਇਨਕਰੇਜ ਕਰਦੇ ਰਹਿੰਦੇ ਨੇ ਅਤੇ ਇਸ ਦਾ ਸਭ ਤੋਂ ਵੱਡਾ ਇਗਜ਼ਾਮਪਲ ਹੈ ਰਾਜਵਰਧਨ ਸਿੰਘ ਰਾਠੌੜ ਦਾ ਹਮ ਫਿਟ ਤੋਂ ਇੰਡੀਆ ਫਿਟ ਚੈਲੰਜ, ਜਿਸ ਦੇ ਵਿੱਚ ਉਹਨਾਂ ਨੇ ਸੈਲੀਬ੍ਰਿਟੀਜ਼ ਦੇ ਨਾਲ ਨਾਲ ਕਈ ਆਮ ਲੋਕਾਂ ਨੂੰ ਵੀ ਚੈਲੰਜ ਕੀਤਾ ਸੀ ਅਤੇ ਇਸ ਚੈਲੰਜ ਦੀ ਬਦੌਲਤ ਆਮ ਲੋਕਾਂ ਦੇ ਵਿਚਕਾਰ ਹੈਲਥ ਨੂੰ ਲੈ ਕੇ ਕਾਫੀ ਅਵੇਅਰਨੈਸ ਵੀ ਕ੍ਰੀਏਟ ਕੀਤੀ ਗਈ ਸੀ ਅਤੇ ਹੁਣ ਰਾਜਵਰਧਨ ਰਾਠੌੜ ਜੀ ਤੋਂ ਬਾਅਦ ਇੱਕ ਹੋਰ ਸੈਲੀਬ੍ਰਿਟੀ ਨੇ ਜੋ ਕਿ ਇਹੋ ਜਿਹੇ ਚੈਲੰਜ ਲੈ ਕੇ ਆਏ ਨੇ। ਵੈਲ ਜੀ, ਮੈਂ ਗੱਲ ਕਰ ਰਹੀ ਹਾਂ ਕ੍ਰਿਕਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ, ਜਿਨ੍ਹਾਂ ਨੇ ਆਪਣੇ ਚੈਲੰਜ ਫਿਟਨੈਸ ਕਿਟਅਪ ਦੇ ਰਾਹੀਂ ਸੈਲੀਬ੍ਰਿਟੀਜ਼ ਲਾਈ ਵਿਰਾਟ ਕੋਹਲੀ, ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੂੰ ਚੈਲੰਜ ਕਰਦੇ ਹੋਏ ਇਹ ਵੀਡੀਓ ਸ਼ੇਅਰ ਕੀਤੀ। ਬਚਪਨ ਸੇ ਮੈਂ ਸਾਰੇ ਸਪੋਰਟਸ ਖੇਲਣਾ ਇੰਜੋਏ ਕਰਦਾ ਥਾ, ਖਾਸ ਕਰਕੇ ਕ੍ਰਿਕਟ। ਦ ਫਿਟ ਇੰਡੀਆ ਚੈਲੰਜ ਇਜ਼ ਔਨ ਔਰ ਮੈਂ ਆਪਕੋ ਯਹੀ ਕਹਿਣਾ ਚਾਹੂੰਗਾ ਕਿ ਦਿਸ ਇਜ਼ ਐਨ ਐਕਸਟੈਂਸ਼ਨ ਆਫ ਦੈਟ। ਆਪ ਜੋ ਵੀ ਸਪੋਰਟ ਖੇਲਣਾ ਪਸੰਦ ਕਰਦੇ ਹੋ ਜਾਈਏ, ਕਿਟਅਪ ਕੀਜੀਏ ਔਰ ਖੇਲਣਾ ਇੰਜੋਏ ਕੀਜੀਏ। ਸਟੇ ਹੈਲਦੀ ਐਂਡ ਫਿਟ ਬਟ ਅਬਾਵ ਆਲ ਹੈਵ ਲੋਟਸ ਐਂਡ ਲੋਟਸ ਆਫ ਫਨ। ਮੈਂ ਨੋਮੀਨੇਟ ਕਰਤਾ ਹੂੰ ਸਿੰਧੂ, ਸਾਇਨਾ, ਮਿਤਾਲੀ ਰਾਜ, ਵਿਰਾਟ, ਵਿਜੇਂਦਰ ਸਿੰਘ, ਸ਼੍ਰੀਕਾਂਤ, ਸਰਦਾਰ ਸਿੰਘ, ਸੰਦੀਪ ਸਿੰਘਨ ਐਂਡ ਆਲ ਆਫ ਯੂ। ਗੈਟ ਰੈਡੀ ਗਾਈਸ, ਰੈਡੀ ਫਾਰ ਦ ਕਿਟਅਪ ਚੈਲੰਜ ਗਾਈਸ, 1, 2, 3 ਗੋ। This is a good rhythm. While I'm doing this, I'm thinking of the next step. Yes. Left glove, right glove. ਸਚਿਨ ਤੇਂਦੁਲਕਰ ਦਾ ਇਹ ਚੈਲੰਜ ਐਕਸੈਪਟ ਕਰਦੇ ਹੋਏ ਵਿਰਾਟ ਕੋਹਲੀ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਥੈਂਕ ਯੂ ਕਰਦੇ ਹੋਏ ਕਿਹਾ ਹੈ ਕਿ ਆਈ ਐਮ ਗੈਟਿੰਗ ਅਪ ਟੂ ਪਲੇ ਮਾਈ ਫੇਵਰੇਟ ਸਪੋਰਟਸ। ਔਨ ਦ ਅਦਰ ਹੈਂਡ, ਪੀ ਵੀ ਸਿੰਧੂ ਨੇ ਵੀ ਸਚਿਨ ਤੇਂਦੁਲਕਰ ਵੱਲੋਂ ਦਿੱਤੇ ਗਏ ਇਸ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਇਹ ਵੀਡੀਓ ਸ਼ੇਅਰ ਕੀਤੀ ਹੈ। ਹੇ ਗਾਈਜ਼, ਆਈ ਹੈਵ ਬੀਨ ਨੋਮੀਨੇਟਡ ਬਾਈ ਸਚਿਨ ਤੇਂਦੁਲਕਰ ਫੋਰ ਦ ਫਿਟਨੈਸ ਚੈਲੰਜ ਐਂਡ ਆਈ ਐਮ ਗੈਟਿੰਗ ਅਪ ਟੂ ਪਲੇ ਦ ਸਪੋਰਟ ਆਈ ਲਵ। ਆਈ ਹੇਅਰ ਬਾਈ ਨੋਮੀਨੇਟ ਮੇਰੀ ਕੌਮ, ਸੁਸ਼ੀਲ ਕੁਮਾਰ ਐਂਡ ਐਕਟਰਸ ਸੋਨੀਆ ਐਂਡ ਆਈ ਹੋਪ ਯੂ ਗਾਈਜ਼ ਐਕਸੈਪਟ ਮਾਈ ਚੈਲੰਜ ਐਂਡ ਸ਼ੇਅਰ ਯੋਰ ਵੀਡੀਓਜ਼। ਚੈਲੰਜਸ ਬਾਰੇ ਤਾਂ ਅਸੀਂ ਇਹੀ ਕਹਾਂਗੇ ਕਿ ਇਹੋ ਜਿਹੇ ਚੈਲੰਜ ਸਟਾਰਸ ਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੀ ਹੈਲਥ ਦੇ ਬਾਰੇ ਅਵੇਅਰ ਵੀ ਕਰ ਰਹੇ ਨੇ ਅਤੇ ਨਾਲ ਹੀ ਉਹਨਾਂ ਨੂੰ ਮੋਟੀਵੇਟ ਵੀ ਕਰ ਰਹੇ ਨੇ। ਔਨ ਦੈਟ ਨੋਟ ਫਰੈਂਡਸ, ਹੁਣ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਸਚਿਨ ਤੇਂਦੁਲਕਰ ਦੇ ਇਸ ਚੈਲੰਜ ਬਾਰੇ। ਤੁਸੀਂ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿੰਨਾ ਕੁ ਮੋਟੀਵੇਟ ਹੋਏ ਹੋ ਸਚਿਨ ਤੇਂਦੁਲਕਰ ਜੀ ਦੇ ਇਸ ਚੈਲੰਜ ਦੇ ਨਾਲ। ਅਤੇ ਸਾਡੇ ਗਬਰੀ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤਾਂ ਜ਼ਰੂਰ ਕਰਿਓ ਅਤੇ ਇਹੋ ਜਿਹਾ ਇੰਟਰਸਟਿੰਗ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।